ਪੰਜਾਬ ਦੇ ਵਿੱਚ ਅਕਸਰ ਹੀ ਪ੍ਰਸ਼ਾਸਨ ਦੀਆਂ ਗਲਤੀਆਂ ਦਾ ਖਾਮਿਆਜ਼ਾ ਕਈ ਵਾਰ ਲੋਕਾਂ ਨੂੰ ਆਪਣੀਆਂ ਜਾਨਾਂ ਦੇ ਕੇ ਭੁਗਤਣਾ ਪੈਂਦਾ ਹੈ। ਅਜਿਹਾ ਹੀ ਮਾਮਲਾ ਬੀਤੇ ਦਿਨ ਗੁਰਦਾਸਪੁਰ ਦੇ ਪਿੰਡ ਅਕਰਪੁਰਾ ਤੋਂ ਸਾਹਮਣੇ ਆਇਆ ਸੀ, ਜਿੱਥੇ ਹਾਈ ਵੋਲਟੇਜ ਦੀਆਂ ਤਾਰਾਂ ਦੀ ਚਪੇਟ ਵਿੱਚ ਆਉਣ ਨਾਲ 24 ਸਾਲਾਂ ਨੌਜਵਾਨ ਬਲਜੀਤ ਸਿੰਘ ਦੀ ਮੌਤ ਹੋ ਗਈ ਸੀ। ਇਸ ਹਾਦਸੇ ਨੂੰ ਕਾਫੀ ਦਿਨ ਬੀਤ ਚੁੱਕੇ ਨੇ, ਪਰ ਅਜੇ ਤੱਕ ਪ੍ਰਸ਼ਾਸਨ ਨੇ ਦੋਸ਼ੀਆਂ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ, ਜਿਸਦੇ ਰੋਸ ਵਜੋਂ ਅੱਜ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਡੇਰਾ ਬਾਬਾ ਨਾਨਕ ਨੂੰ ਜਾਣ ਵਾਲਾ ਰਸਤਾ ਬੰਦ ਕਰਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਅਤੇ ਮੁਆਵਜ਼ੇ ਦੀ ਮੰਗ ਕੀਤੀ ਹੈ। ਸ੍ਰੀ ਨੂੰ ਡੈਥ ਹੋਈ ਆ, ਸਾਡੇ ਕੋਲ ਕੋਈ ਵੀ ਨਹੀਂ ਆਇਆ, ਅਜੇ ਤਾਂ ਇਸ ਹਲਕੇ ਦੇ ਮੰਤਰੀ ਸਾਹਿਬ ਨਹੀਂ ਸਾਡੇ ਕੋਲ, ਬਾਜਵਾ ਸਾਹਿਬ ਨਹੀਂ ਪਹੁੰਚੇ, ਅਤੇ ਅਸੀਂ ਆਪਣੇ ਭਰਾ ਨੂੰ ਗ੍ਰੈਜੂਏਸ਼ਨ ਵੀ ਕਰਾਈ, ਐਲਐਸ ਕਰਕੇ ਉਹਨੇ ਬਾਹਰ ਜਾਣਾ ਹੈ, ਦਸਾਂ ਦਿਨਾਂ ਨੂੰ 20 ਲੱਖ ਰੁਪਈਆ ਦਿੱਤਾ ਆ, ਅਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ। ਬਿਜਲੀ ਬੋਰਡ ਦੀ ਅਣਗਹਿਲੀ ਕਾਰਨ ਮੇਰੇ ਭਰਾ ਦੀ ਡੈਥ ਹੋਈ ਆ, ਜਈ ਦੀ ਅਣਗਹਿਲੀ ਕਾਰਨ 2 ਲੈਂਡਮੈਨ ਪਿੰਡ ਦੇ ਲੱਭੂ ਅਤੇ ਇੱਕ ਦਾ ਨਾਂ ਆ ਗੜਵੇਲ ਸਿੰਘ, ਉਹਨਾਂ ਦੀ ਅਣਗਹਿਲੀ ਕਾਰਨ ਡੈਥ ਹੋਈ ਆ, ਅਤੇ 2 ਸਾਲ ਹੋ ਗਏ ਤਾਰਾਂ ਨੀਵੀਆਂ, ਅਸੀਂ ਸ਼ਿਕਾਇਤ ਕਰਦੇ ਰਹੇ, ਇਹਨਾਂ ਤਾਰਾਂ ਨਹੀਂ ਚੁੱਕੀਆਂ, ਆਉਂਦੇ ਕਿਹਦਾ ਲਾ ਕੇ ਮਰ ਜੂਗਾ ਅਤੇ ਫਿਰ ਆਪੇ ਹੋ ਜਾਣਗੀਆਂ। ਅਤੇ ਅਕਰਪੁਰੇ ਬਿਜਲੀ ਦਾ ਜੋ ਹਾਦਸਾ ਵਾਪਰਿਆ ਸੀਗਾ, ਉਹਦੇ ਸੰਬੰਧ ਵਿੱਚ ਮੈਂ ਮ੍ਰਿਤਕ ਨੌਜਵਾਨ ਦੇ ਘਰ ਮਹਿਕਮੇ ਨੂੰ ਦੁੱਖ ਪ੍ਰਗਟ ਵੀ ਕਰਕੇ ਆਇਆ ਹਾਂ। ਉਹਦੇ 'ਚ ਜਿਹੜੀ ਲਗਾਤਾਰ ਉਹਦੀ ਜਾਂਚ ਵੀ ਜਾਰੀ ਆ, 2 ਬੰਦੇ ਜਿਹੜੀ ਮੁੱਢਲੀ ਜਾਂਚ ਵਿੱਚ ਸਸਪੈਂਡ ਕੀਤੇ ਨੇ, ਡਿਊਟੀ ਤੋਂ ਮੁਅੱਤਲ ਕੀਤੇ ਨੇ, ਇੱਕ ਜਿਹੜਾ ਇੰਪਲਾਈ ਉਸੇ ਪਿੰਡ ਦਾ ਉਹਨੂੰ ਉਹਦੀ ਟ੍ਰਾਂਸਫਰ ਉੱਥੋਂ ਕੀਤੀ ਆ, ਅਤੇ ਜੇਈ 'ਤੇ ਜਿਹੜਾ ਉਹ 304A ਦਾ ਜਿਹੜਾ ਪਰਚਾ ਦਰਜ ਹੋਇਆ। ਬਾਕੀ ਅਸੀਂ ਜਿਹੜੇ ਉਹ ਮੁਆਵਜ਼ੇ ਦੇ ਜਿਹੜੇ ਆ ਕਾਰਵਾਈ ਜਿਹੜੀ ਆ ਉਹ ਪੋਸਟਮਾਰਟਮ ਦੀ ਰਿਪੋਰਟ ਆਉਣ 'ਤੇ, ਡੈਥ ਸਰਟੀਫਿਕੇਟ ਆਉਣ 'ਤੇ ਉਹ ਵੀ ਜਿਹੜੀ ਉਹ ਤੁਰੰਤ ਨਾਲ ਕਰ ਦੇਵਾਂਗੇ। ਟਾਈਮ ਬਾਊਂਡ ਉਹਨਾਂ ਦਾ ਕੋਈ ਨਹੀਂ, ਉਹਨਾਂ ਦੇ 4 ਸ਼ੀਟਾਂ ਉਹਨਾਂ ਨੂੰ ਡਿਲੀਵਰ ਜਿਹੜੀਆਂ 1-2 ਦਿਨ 'ਚ ਹੋ ਜਾਣੀਆਂ ਨੇ, ਅਤੇ ਜਿਹੜਾ ਉਹ ਆਪੇ ਹਰ ਅਥਾਰਟੀ ਨੇ ਵੇਖਣਾ ਵੀ ਇਹਨੂੰ ਬਹਾਲ ਕਰਨਾ ਜਾਂ ਨਹੀਂ ਕਰਨਾ। ਇਹਦੇ ਸੰਬੰਧ ਵਿੱਚ FIR ਨੰਬਰ 54 ਅੰਡਰ ਸੈਕਸ਼ਨ 304A JEE ਨੇ ਜੀ ਗੁਰਵੇਲ ਸਿੰਘ ਉਹਨਾਂ ਦੇ ਖਿਲਾਫ਼ ਦਰਜ ਕੀਤੀ ਗਈ ਹੈ, ਔਰ ਬਿਜਲੀ ਬੋਰਡ ਕੋਲੋਂ ਉਹਨਾਂ ਨੂੰ ਵੀ ਲੈਟਰ ਭੇਜੀ ਗਈ ਆ ਕਿ ਜੋ ਸੰਬੰਧਿਤ ਕਰਮਚਾਰੀ ਨੇ ਜਿਨ੍ਹਾਂ ਦੀ ਅਣਗਹਿਲੀ ਪਾਈ ਗਈ ਆ ਉਹਨਾਂ ਦੇ ਸੰਬੰਧ ਸਾਨੂੰ ਲੈ ਕੇ ਭੇਜਿਆ ਜਾਏ, ਅਤੇ ਜੋ ਸਾਡੀ ਕਾਨੂੰਨੀ ਕਾਰਵਾਈ ਉਹਦੇ ਵਿੱਚ ਉਹਨਾਂ ਨੂੰ ਨੋਮੀਨੇਟ ਕਰਕੇ ਅਤੇ ਅੱਗੇ ਬਣਦੀ ਤਫਤੀਸ਼ ਮੁਕੰਮਲ ਕੀਤੀ ਜਾਵੇ। ਦੇਖੋ ਜੀ, ਇਹਦੇ ਸੰਬੰਧ ਵਿੱਚ ਪਰਿਵਾਰ ਦਾ ਰਾਈਟ ਹੈ, ਪਰ ਜੋ ਫੈਕਟਸ ਸਾਹਮਣੇ ਆਉਣੇ ਨੇ, ਜੋ ਇਹਨਾਂ ਨੂੰ ਕੰਪਨਸੇਸ਼ਨ ਮਿਲਣੀ ਆ ਉਹ ਬਿਜਲੀ ਬੋਰਡ ਦੇ ਜੋ ਉਹ ਵੈਰੀਫਾਈ ਕਰਕੇ ਉਹਨਾਂ ਵੱਲੋਂ ਜੋ ਵੀ ਅੱਗੇ ਰਿਪ੍ਰਜੈਂਟੇਸ਼ਨ ਜਾਣੀ ਉਹਦੇ ਮੁਤਾਬਕ ਮਿਲਣੀ ਆ। ਬਾਕੀ ਪਰਿਵਾਰ ਦਾ ਰਾਈਟ ਆ, ਪਰ ਜਿਹੜੀਆਂ ਅਸੀਂ ਪਬਲਿਕ ਨੂੰ ਜਾਂ ਜਿਹੜਾ ਰੋਡ ਹੈਗੇ ਸਟੇਟ ਹਾਈਵੇ ਉਹ ਨਹੀਂ ਸਾਨੂੰ ਜਾਮ ਕਰਨੇ ਚਾਹੀਦੇ।